ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਖੰਨਾ ਵਿੱਚ ਸਥਿਤ ਮੁਗਲ ਕਾਲ ਨਾਲ ਸੰਬੰਧਿਤ ਇਤਿਹਾਸਿਕ ਲਸ਼ਕਰੀ ਖਾਨ ਸਰਾਏ ਦਾ ਦੌਰਾ ਕਰਨ ਉਹ ਪਹੁੰਚੇ, ਜਿੱਥੇ ਉਹਨਾਂ ਇਸ ਨੂੰ ਵਿਸ਼ਵ ਪੱਧਰੀ ਵਿਆਹ ਸਥਾਨ ਵਜੋਂ ਵਿਕਸਿਤ ਕਰਨ ਦਾ ਐਲਾਨ ਕੀਤਾ। ਇਸ ਸਰਾਏ ਦੀ ਮੁਕੰਮਲ ਕਾਇਆ ਕਲਪ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਥੇ 20 ਕਰੋੜ ਰੁਪਏ ਖਰਚੇ ਜਾਣਗੇ। ਅੱਜ ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਇਸ ਸਥਾਨ ਦਾ ਜਾਇਜ਼ਾ ਲੈਣ ਪਹੁੰਚੇ ਨਵਜੋਤ ਸਿੱਧੂ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਪੰਜਾਬ ਦੇ ਬੇਸ਼ਕੀਮਤੀ ਇਤਿਹਾਸ ਦੀ ਜਿਉਂਦੀ ਜਾਗਦੀ ਉਦਾਹਰਣ ਨੂੰ ਪਿਛਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਕਿਵੇਂ ਅੱਖੋਂ ਪਰੋਖੇ ਕਰੀ ਰੱਖਿਆ ਕਿ ਜਿਹੜੀ ਸਰਾਏ ਲਸ਼ਕਰੀ ਹੈ, ਸ਼ੰਭੂ ਵਾਲੀ ਜਿਹੜੀ ਸਰਾਏ ਹੈ, ਇੱਥੇ ਰਾਜੇ ਆ ਕੇ ਠਹਿਰਦੇ ਹੁੰਦੇ ਸੀ, ਅੱਜ ਕਾਂ ਬੋਲਦੇ ਆ। ਲੇਕਿਨ ਇਹ ਸਾਡੀ ਵਿਰਾਸਤ ਹੈ ਔਰ ਇੰਨੀ ਖੂਬਸੂਰਤ ਵਿਰਾਸਤ ਹੈ ਕਿ ਇਹਨੂੰ ਚਮਕਾਉਣ ਦੇ ਲਈ ਥੋੜ੍ਹੀ ਸੋਝੀ ਚਾਹੀਦੀ ਹੈ, ਸੋਚ ਚਾਹੀਦੀ ਹੈ ਔਰ ਕੁਛ ਫੰਡਸ ਚਾਹੀਦੇ ਸੀ। ਫੰਡ ਸਾਡੇ ਕੋਲ ਉਪਲਬਧ ਹੋ ਗਏ। ਜਿਹੜਾ ਅਗਲਾ ਸਰਕਿਟ ਹੈ ਮੁਗਲੀਆ ਉਹਦੇ ਵਿੱਚ ਅਤੇ ਜਿਹੜਾ ਪਟਿਆਲੇ ਵਾਲਾ ਕਿਲ੍ਹਾ ਮੁਬਾਰਕ ਹੈ, ਇਹਦੇ ਲਈ 100 ਕਰੋੜ ਰੁਪਈਏ ਅਸੀਂ ਮੰਗ ਰਹੇ ਹਾਂ। ਸਾਡੇ ਕੋਲ ਕਰੀਬ 340 ਕਰੋੜ ਰੁਪਈਆ ADB ਦੀ ਫੰਡਿੰਗ ਦਾ ਪਿਆ। ਸੋ ਇਹ ਜਿਹੜਾ ਏਰੀਆ ਨੂੰ ਪੂਰੀ ਤਰ੍ਹਾਂ ਅਸੀਂ ਰਿਸਟੋਰ ਕਰਾਂਗੇ। ਇੱਥੇ ਜਿਹੜੇ ਪੁਰਾਣੇ ਖੂਹ ਨੇ, ਆ ਜਿਹੜਾ ਵਿੱਚ ਬਹੁਤ ਖੂਬਸੂਰਤ ਆ ਮਿਨਾਰਟ ਜੀ ਬਣੀ ਹੋਈ ਹੈ, ਇਹਨੂੰ ਇੰਨਾ ਖੂਬਸੂਰਤ ਵੈਡਿੰਗ ਡੈਸਟੀਨੇਸ਼ਨ ਬਣਾਵਾਂਗੇ। ਪੰਜਾਬੀ ਰਾਜਸਥਾਨ 'ਚ ਜਾ ਕੇ ਵਿਆਹ ਕਰਾਉਂਦੇ ਆ, ਇਹ ਕਿਵੇਂ ਹੋ ਸਕਦਾ ਵੀ ਪੰਜਾਬੀ ਜਿਹੜਾ ਹੈ ਬਿਗ ਫੈਟ ਵੈਡਿੰਗ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆ ਕੇ ਨਾ ਕਰੇ। ਇਹਨੂੰ ਇੰਨਾ ਸੋਹਣਾ ਇਹਦੀ ਲਾਈਟਿੰਗ ਜਿਹੜੀ ਹੈਗੀ ਹੈ ਉਹ ਸਾਰੀ ਸਰਾਏ ਲਸ਼ਕਰੀ ਦੀ ਜਿਹੜੀ ਥੱਲੋਂ ਲਾਈਟਾਂ ਜਾਣਗੀਆਂ, ਇਟ ਵਿਲ ਬੀ ਸੋ ਬਿਊਟੀਫੁਲੀ ਲਿਟ ਅਪ ਕਿ ਤੁਸੀਂ ਆਪ ਹੈਰਾਨ ਰਹਿ ਜਾਓਗੇ। ਇੱਕ ਚੀਜ਼ ਦੀ ਥੋੜ੍ਹੀ ਦਿੱਕਤ ਹੈ, ਉਹ ਹੈਗੀ ਹੈ ਅਪਰੋਚ ਰੋਡ। ਇਸ ਕਰਕੇ ਮੈਂ DC ਸਾਹਿਬ ਨੂੰ ਵੀ ਲਿਖੂੰਗਾ, SDM ਸਾਹਿਬ ਸਾਰੇ ਇੱਥੇ ਨੇ, ਮੈਂ ਉਹਨਾਂ ਨੂੰ ਇਹ ਕਹਿ ਕੇ ਚੱਲਿਆ, ਹਦਾਇਤ ਦੇ ਕੇ ਚੱਲਿਆ ਵੀ ਛੇਤੀ ਤੋਂ ਛੇਤੀ ਇਹ ਅਪਰੋਚ ਦੀ ਜਿਹੜੀ ਰੋਡ ਜਿਹੜੀ ਹੈਗੀ ਹੈ ਇਹਨੂੰ ਚੌੜੀ ਕਰਨ ਵਾਸਤੇ ਥੋੜ੍ਹੀ ਜਿਹੀ ਲੈਂਡ ਅਕੁਆਇਰ ਕੀਤੀ ਜਾਵੇ, ਕਿਉਂਕਿ ਇਹ ਸਾਡਾ ਇੱਕ ਅਨਮੋਲ ਰਤਨ ਹੈ ਔਰ ਅਨਮੋਲ ਤੋਂ ਅਨਮੋਲ ਰਤਨ ਨੂੰ ਆਪਣਾ ਮੋਲ ਪਤਾ ਨਹੀਂ ਹੁੰਦਾ, ਇਹ ਤਾਂ ਜੌਹਰੀ ਮੋਲ ਪਾਉਂਦਾ। ਸੋ ਸਾਡੇ ਜਿਹੜੇ ਕੰਜ਼ਰਵੇਸ਼ਨਿਸਟ ਨੇ ਆਭਾ ਨਾਰਾਇਣ ਲਾਂਬਾ ਅਤੇ ਮੋਜ਼ੇ ਕਮ ਮੋਜ਼ੇ ਮਸਟ ਸਟੈਂਡ ਹੇਅਰ, ਸਾਡੇ ਚੰਗੇ ਕੰਸਲਟੈਂਟ ਸਾਡੇ ਸੈਕਟਰੀ ਸਾਹਿਬ ਨੇ ਔਰ ਡਾਇਰੈਕਟਰ ਸਾਹਿਬ ਸ਼ਿਵਦਲਾਰ ਭਾਜੀ ਔਰ ਕਸ਼ਪਤਾਪ ਜੀ, ਇਹਨਾਂ ਦੋਨਾਂ ਨੇ ਇਹ ਸਿਲੈਕਟ ਕੀਤੇ ਆ ਤਾਂ ਕਿ ਅਸੀਂ ਇਸ ਟੂਰਿਜ਼ਮ ਨੂੰ ਐਸੀ ਸ਼ੇਪ ਦੇ ਸਕੀਏ ਔਰ ਐਸੀ ਖੁਸ਼ਬੂ ਦੇ ਸਕੀਏ ਕਿ ਸਾਰੀ ਦੁਨੀਆ ਦੇ ਵਿੱਚ ਇਹ ਖੁਸ਼ਬੂ ਜਾਵੇ। ਔਰ ਕਰੀਬ 590 ਕਰੋੜ ਰੁਪਈਆ ਲੱਗਣਾ ਟੋਟਲ ਸਾਰੇ ਪ੍ਰੋਜੈਕਟਾਂ 'ਤੇ, ਅਸੀਂ 32 ਥਾਵਾਂ ਕੱਢੀਆਂ ਨੇ